ਨਾਨਕ ਮਿਸ਼ਨ ਸਮਾਜ ਸੇਵੀ ਸੰਸਥਾ ਰਜਿਸਟਰਡ ਮਲੋਟ ਵੱਲੋਂ ਮਿਸ਼ਨ ਦੇ ਪ੍ਰਧਾਨ ਉਪਿੰਦਰ ਸਿੰਘ ਪੱਪੂ ਵਿਰਕ ਦੀ ਅਗਵਾਈ ਹੇਠ ਇੱਕ ਰਿਫਲੈਕਟਰ ਕੈਂਪ ਲਾਇਆ ਗਿਆ। ਇਸ ਦੌਰਾਨ ਸੈਂਕੜੇ ਵਹੀਕਲਾਂ ਦੇ ਰਿਫਲੈਕਟਰ ਲਾਏ ਗਏ। ਕੈਂਪ ਦਾ ਉਦਘਾਟਨ SDM ਮਲੋਟ ਨਰਿੰਦਰ ਸਿੰਘ ਅਤੇ DSP ਭੁਪਿੰਦਰ ਸਿੰਘ ਰੰਧਾਵਾ ਨੇ ਕੀਤਾ। ਇਸ ਮੌਕੇ ਦੋਵਾਂ ਮੁੱਖ ਮਹਿਮਾਨਾਂ ਨੇ ਸੰਸਥਾ ਦੇ ਕਾਰਜ ਦੀ ਸ਼ਲਾਘਾ ਕੀਤੀ। ਅਸੀਂ ਪਿੰਡਾ ਚੌਂਕ ਦੇ ਵਿੱਚ ਗੁਰੂ ਨਾਨਕ ਮਿਸ਼ਨ ਸਮਾਜ ਸੇਵੀ ਸੰਸਥਾ ਵਰਗੇ ਸਹਿਯੋਗ ਦੇ ਨਾਲ ਜਿਹੜੇ ਪਿਛਲੇ 3-4 ਦਿਨ ਤੋਂ ਬਹੁਤ ਸੰਘਣੀ ਧੁੰਦ ਕਾਰਨ ਸੜਕੀ ਦੁਰਘਟਨਾਵਾਂ ਹੋ ਰਹੀਆਂ, ਉਹਨਾਂ ਦੇ ਬਚਾਅ ਵਾਸਤੇ ਅਸੀਂ ਅੱਜ ਰਿਫਲੈਕਟਰ ਲਗਾ ਰਹੇ ਹਾਂ। ਇਹਨਾਂ ਦੇ ਸਹਿਯੋਗ ਸੰਸਥਾ ਦੇ ਸਹਿਯੋਗ ਦੇ ਨਾਲ 1,000-1,200 ਦੇ ਕਰੀਬ ਅਸੀਂ ਅੱਜ ਰਿਫਲੈਕਟਰ ਲਗਾ ਰਹੇ ਹਾਂ। ਇਹਨਾਂ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਉਮੀਦ ਕਰਦਾ ਅੱਗੇ ਤੋਂ ਵੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਹੈਗੇ ਆ ਉਹ ਜਾਰੀ ਰੱਖਣ। ਮਲੋਟ ਤੋਂ ਜਗਦੀਪ ਧਵਨ ਦੀ ਰਿਪੋਰਟ।